ਇੱਕ ਪਾਕਿਸਤਾਨ ਦਾ ਹਮਲਾ ਥੋੜ੍ਹਾ ਇੱਥੇ ਹੁਣ ਡੇ ਜਿਹਨਾਂ ਨੇ ਤੁਹਾਨੂੰ ਰਾਜ ਤਖ਼ਤ 'ਤੇ ਬਿਠਾਇਆ ਅਤੇ ਉਹਨਾਂ ਨੇ ਤੰਗ ਕਰਨ ਡੇ, ਤੰਗ ਕਰਨ ਵਾਲੀ ਗੱਲ ਹੈ। ਹੁਣ ਕੱਲ੍ਹ ਇੱਥੇ ਬੀਬੀਆਂ ਵਿਚਾਰੀ ਕਿੰਨੀਆਂ ਤੰਗ ਹੋਈਆਂ ਨੇ, ਬਹਿ ਖਿਆਲ ਹੋ ਜੀ ਜਦ ਉਹਨੇ ਜਿਹੜੇ ਉਹਨਾਂ ਬਿਆਨ ਕੀਤੇ ਹੁੰਦੇ ਉਹ ਉਹਨਾਂ ਨੂੰ ਪ੍ਰਧਾਨ ਮੰਤਰੀ ਦੇਸ਼ ਦਾ ਬੇਈਮਾਨ ਹੋ ਗਿਆ, ਦੂਜੇ ਤੀਜੇ ਦਾ ਕੀ ਹਾਲ ਹੋਵੇਗਾ। ਜੇ ਨਾ ਪਿਆਰ ਨਾਲ ਨਿਬੜਿਆ ਫਿਰ ਤਿੰਨ ਵਾਰ ਦੂਜਾ ਮਸਲਾ ਚੱਲ ਹੀ ਰਿਹਾ। ਸੋ ਉਹੀ ਗੱਲ ਦਸਮ ਪਾਤਸ਼ਾਹ ਵੱਲੋਂ ਜਿਹੜਾ ਵਰਦਾਨ ਹੈਗਾ, ਪਹਿਲ ਆਪਾਂ ਕਰਨੀ ਨਹੀਂ ਹੈ, ਦੂਜ ਆਪਾਂ ਛੱਡਣੀ ਨਹੀਂ ਹੈ। ਸੋ ਸ਼ੰਭੂ ਬੈਰੀਅਰ 'ਤੇ ਮੌਜੂਦ ਹੈਗੇ ਆ, ਬਿਲਕੁਲ ਸੱਜੇ ਹੱਥ ਮੈਂ ਕਹੂੰਗਾ ਕੈਮਰਾਮੈਨ ਨੂੰ ਜ਼ੂਮ ਇਨ ਕਰਕੇ ਦਿਖਾਉਣਗੇ ਕਿ ਪੁਲਿਸ ਲੱਗੀ ਹੋਈ ਹੈ ਔਰ ਬੈਰੀਗੇਟਿੰਗ ਲਗਾਤਾਰ ਇਹਨਾਂ ਦੀ ਵਧਦੀ ਜਾ ਰਹੀ ਹੈ, ਰੋਕਣ ਦਾ ਤਰੀਕਾ ਲਗਾਤਾਰ ਵਧਦਾ ਜਾ ਰਿਹਾ। ਪੱਥਰ ਦੀਆਂ ਸਿੱਲਾਂ ਵੀ ਪਹਿਲਾਂ ਕਲੀਅਰ ਹੈ ਕਿ ਉੱਥੋਂ ਕਿ ਕਿੱਲਾਂ ਹੁੰਦੀਆਂ ਵੱਡੀਆਂ ਲਾਈਆਂ, ਫਿਰ ਤਾਰਾਂ ਦੀ ਪੈਂਸੀ ਫਿਰ ਜਾ ਕੇ ਆਪਣਾ ਪੱਥਰ ਦੀਆਂ ਸਿੱਲਾਂ ਲੱਗੀਆਂ ਹੋਈਆਂ ਨੇ। ਹਾਲਾਂਕਿ ਜਿਹੜੀ ਕਾਲ ਹੈਗੀ ਹੈ ਕੱਲ੍ਹ ਦੀ ਹੈਗੀ ਹੈ, ਅੱਜ ਸ਼ਾਮ ਨੂੰ ਚੰਡੀਗੜ੍ਹ 'ਚ ਦਾ ਟੀਚਾ ਕੀ ਨਿਕਲਦਾ ਹੈ ਇਹ ਵੀ ਸਾਹਮਣੇ ਰਹੇਗਾ। ਸੋ ਸਾਡੇ ਨਾਲ ਇੱਥੇ ਕਈ ਨੌਜਵਾਨ ਵੀ ਪਹੁੰਚੇ ਹੋਏ ਨੇ, ਮੌਜੂਦ ਨੇ। ਸੁਣਿਆ ਤੁਸੀਂ ਉਹਨੇ ਅਨਾਊਂਸਮੈਂਟ ਹੋਈ ਰਹਿਣਾ ਚਾਹੀਦਾ, ਇੱਥੋਂ ਚਲੇ ਜਾਓ, 144 ਲੱਗੀ ਹੋਈ ਹੈ, ਕਾਰਵਾਈ ਕਰਾਂਗੇ ਜੇ ਅੱਗੇ ਵਧੋਂਗੇ। ਹਾਂਜੀ ਸਰ, ਇਹਨਾਂ ਨੇ ਅਨਾਊਂਸਮੈਂਟ ਕੀਤੀ ਹੈ ਉਹਨੇ ਕਿ 144 ਘਰ ਅੰਬਾਲੇ 'ਚ ਲਾਗੂ ਹੈ, ਕਿ ਜਿਹੜੇ ਸਾਰੇ ਇੱਥੇ ਕਿਸਾਨ ਇਕੱਠੇ ਹੋਏ ਨੇ ਨੌਜਵਾਨ, ਉਹ ਤੁਸੀਂ ਪਿੱਛੇ ਮੂਵ ਹੋ ਜਾਓ। ਪਰ ਜਿਹੜੀ ਸਰ ਆਪਾਂ ਹੁਣ ਪੰਜਾਬ 'ਚ ਖੜਿਆ, ਬਿਲਕੁਲ ਜਿਹੜੀ ਇਹ 144 ਧਾਰਾ ਹੈ ਪੰਜਾਬ 'ਚ ਲਾਗੂ ਨਹੀਂ ਹੁੰਦੀ, ਨਾ ਤੁਸੀਂ ਦੇਖਿਆ ਉਹਨੇ ਕੋਈ ਕਿਸਾਨ ਜਾਂ ਕੋਈ ਨੌਜਵਾਨ ਉੱਪਰਾਂ ਕਲੋਜ਼ ਨਹੀਂ ਕੀਤਾ ਵੈਰੀ ਗੇਟ, ਇੱਧਰ ਹੀ ਖੜੇ ਆ ਸਰ ਪੰਜਾਬ 'ਚ। ਜਿਹੜੀ ਇਹ ਮੰਨ ਲਓ 144 ਧਾਰਾ ਹੈ ਅੰਬਾਲੇ 'ਚ ਲਾਗੂ, ਪੰਜਾਬ 'ਚ ਲਾਗੂ ਨਹੀਂ ਹੁੰਦੀ ਸਰ? ਬਿਲਕੁਲ ਠੀਕ ਹੈ, ਠੀਕ ਹੈ। ਅਤੇ ਦੂਜੀ ਗੱਲ ਸਰ, ਹੁਣ ਤੁਸੀਂ ਦੇਖੋ ਬੈਰੀ ਇੱਥੇ ਕੋਈ ਕਿਸਾਨ ਜਥੇਬੰਦੀ ਹਲੇ ਨਹੀਂ ਹੈਗੀ, ਨਹੀਂ ਹੈ, ਠੀਕ ਹੈ। ਇਹਨਾਂ ਨੇ ਪਹਿਲਾਂ ਹੀ ਰਸਤੇ ਬੰਦ ਕਰ ਦਿੱਤੇ 2 ਦਿਨ ਹੋ ਗਏ, ਠੀਕ ਹੈ ਜੀ। ਅਤੇ ਬਾਅਦ 'ਚ ਇਹ ਕਿਸਾਨਾਂ ਦੇ ਦੋਸ਼ ਮੜਿਆ ਜਾਏਗਾ ਕਿ ਐਂਬੂਲੈਂਸਾਂ ਰੋਕਤੀਆਂ ਜਾਂ ਐਂਬੂਲੈਂਸਾਂ ਰੋਕਦੇ ਆ, ਕਿਸਾਨ ਕਿਸਾਨਾਂ ਦਾ ਕਸੂਰ ਕੱਢਿਆ ਜਾਂਦਾ ਜੀ। ਇਸ ਟਾਈਮ ਇੱਥੇ ਕੋਈ ਕਿਸਾਨ ਨਹੀਂ ਹੈਗਾ, ਹੁਣ ਕਸੂਰ ਕਿਹਦਾ ਤੁਸੀਂ ਆਪ ਦੱਸੋ? ਬਿਲਕੁਲ ਠੀਕ ਹੈ। ਅੱਛਾ ਕੀ ਲੱਗਦਾ ਜਦੋਂ 2 ਸਾਲ ਪਹਿਲਾਂ ਹਾਂ ਕਰਤੀ ਸੀ ਮੋਦੀ ਨੇ, ਤੁਹਾਨੂੰ ਪੱਛਮੀ ਯਾਦ ਹੋਣਾ ਉਹਨਾਂ ਦਾ ਕਿ ਮੈਨੂੰ ਅਹਿਸਾਸ ਹੋ ਗਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਕਾਸ਼ ਪੁਰਬ ਤੇ ਕਿਹਾ ਸੀ ਮੈਂ ਗਲਤੀ ਆਪਣੀ ਮੰਨ ਰਿਹਾ, ਫਿਰ 2 ਸਾਲ ਬਾਅਦ ਵੀ ਲਾਗੂ ਨਹੀਂ ਕੀਤੀ ਹੈ ਵਜ੍ਹਾ? ਸਰ ਵਜ੍ਹਾ ਇਹ ਹੈ, ਗੁਮਰਾਹ ਕਰਕੇ ਵੋਟਾਂ ਲੈਣਾ ਚਾਹੁੰਦੇ ਨੇ ਇਹ। ਜਿਵੇਂ ਦੇਖੋ ਜਿਹੜੇ ਵੱਡੇ ਘਰਾਣੇ ਨੇ, ਜਿਵੇਂ ਆਪਣਾ ਅਡਾਨੀ ਹੋ ਗਿਆ, ਅੰਬਾਨੀ ਹੋ ਗਿਆ, ਇਹਨਾਂ ਨੂੰ ਪੰਜਾਬ 'ਚ ਇਹਨਾਂ ਦਾ ਪ੍ਰਵੇਸ਼ ਕਰਾਉਣਾ ਚਾਹੁੰਦੇ, ਕਿਸੇ ਤਰੀਕੇ ਨਾਲ ਉਹ ਪੰਜਾਬ 'ਚ ਆ ਕੇ ਕਿਸਾਨਾਂ ਨੂੰ ਬਰਬਾਦ ਕਰਦੇ, ਖਤਮ ਕਰਦੇ। ਕਿਉਂਕਿ ਇੱਥੇ ਦੇਖੋ ਜਿਹੜੇ ਪੰਜਾਬ ਹੈ, ਪੰਜਾਬ ਸਿਰਫ ਇੱਕ ਜਿਵੇਂ ਤੁਸੀਂ ਕਹਿ ਦਿਓ ਵੀ ਖੇਤੀ ਦੇ ਸਿਰ 'ਤੇ ਹੀ ਜੀ ਰਿਹਾ ਜੀ, ਉਹ ਵੀ ਇਸ ਟਾਈਮ ਮਤਲਬ ਘਾਟੇ ਦਾ ਸੌਦਾ। ਮੈਂ ਖੁਦ ਇੱਕ ਨੌਜਵਾਨ ਹਾਂ, ਦੇਖੋ ਸਰ ਮੈਂ ਖੁਦ ਮਤਲਬ ਪ੍ਰਾਈਵੇਟ ਨੌਕਰੀ ਕਰਦਾ, ਇੱਥੇ ਕੋਈ ਸਰਕਾਰੀ ਨੌਕਰੀ ਵਰਗੀ ਤਾਂ ਚੀਜ਼ ਹੈ ਹੀ ਨਹੀਂ ਸਰ। ਨਹੀਂ, ਭਗਵੰਤ ਮਾਨ ਕਹਿੰਦਾ 2 ਸਾਲਾਂ 'ਚ 35,000 ਨੌਕਰੀ ਦਿੱਤੀ, ਰੋਜ਼ ਉਹਨਾਂ ਦੇ ਵੀਡੀਓ ਆ ਜਾਂਦੇ ਨੌਕਰੀਆਂ ਦੇਣ ਦੀ। ਸਰ ਤੁਸੀਂ ਸ਼ੰਭੂ ਖੜੇ ਹੋ, ਮੇਰਾ ਸ਼ੰਭੂ ਪਿੰਡ ਹੈ, ਤੁਸੀਂ ਜਾ ਕੇ ਕਿਸੇ ਨੂੰ ਵੀ ਪੁੱਛ ਸਕਦੇ ਹੋ ਜੇ ਇੱਕ ਮੇਰੇ ਪਿੰਡ 'ਚ ਇੱਕ ਵੀ ਨੌਕਰੀ ਮਿਲੀ ਹੋਵੇ ਮੈਂ ਬੈਠਾ ਜੀ, ਸਾਡੇ ਪਿੰਡ ਦੇ ਸਰਪੰਚ ਸਾਹਿਬ ਨੂੰ ਤੁਸੀਂ ਗੱਲ ਕਰ ਸਕਦੇ ਹੋ, ਸਾਡੇ ਪਿੰਡ 'ਚ ਕੋਈ ਵੀ ਨੌਕਰੀ ਨਹੀਂ ਹੈਗੀ, ਨਸ਼ਾ ਇੰਨਾ ਵੱਧ ਹੈ, ਤੁਸੀਂ ਸਰ 15-15 ਸਾਲ ਦੇ ਨੌਜਵਾਨ ਨਸ਼ਾ ਕਰਦੇ ਨੇ। ਨਹੀਂ ਪਰ ਉਹ ਵੀਡੀਓ ਇੰਨੇ ਆ ਰਹੇ ਹੈਗੇ, ਸਰਕਾਰ ਨੇ ਤਾਂ ਵੀ ਇੰਨਾ ਕਾਬੂ ਕਰ ਲਿਆ, ਕੰਟਰੋਲ ਕਰ ਲਿਆ ਸਰ। ਤੁਸੀਂ ਆਪ ਹਿਸਾਬ ਲਾਓ, ਝੋਟਾ ਤੁਸੀਂ ਵੀਡੀਓ ਦੇਖ ਲਿਓ, ਝੋਟੇ ਜਿਹੜੇ ਪਰਮਿੰਦਰ ਸਿੰਘ ਝੋਟਾ, ਪਰਮਿੰਦਰ ਸਿੰਘ ਝੋਟਾ ਰੋਜ਼ ਹੀ ਨਸ਼ੇ ਫੜਦਾ ਜੀ। ਅੱਛਾ ਜੀ, ਕਿਸਾਨੀ ਪ੍ਰੋਟੈਸਟ ਹੁਣ ਕੀ ਕਰਨੇ ਸਰ? ਦੇਖੋ ਆਪਣੇ ਹੱਕ ਮੰਗਣ ਦਾ ਹਰੇਕ ਕਿਸੇ ਨੂੰ ਅਧਿਕਾਰ ਹੈ, ਠੀਕ ਹੈ। ਆਪਾਂ ਪੀਸਫੁਲੀ ਪ੍ਰੋਟੈਸਟ ਕਰ ਸਕਦੇ ਹਾਂ, ਇਹ ਸਾਡੇ ਸੰਵਿਧਾਨ 'ਚ ਲਿਖਿਆ ਹੋਇਆ, ਇਹ ਸਾਨੂੰ ਇਸ ਚੀਜ਼ ਤੋਂ ਰੋਕ ਰਹੇ ਹੈ, ਠੀਕ ਹੈ ਜੀ। ਇਹ ਇਹਨਾਂ ਦੀ ਬਹੁਤ ਵੱਡੀ ਇੱਕ ਤਰ੍ਹਾਂ ਦੀ ਨਾਕਾਮੀ ਹੈ ਸਰਕਾਰ ਦੀ, ਕਿਉਂਕਿ ਦੇਖੋ ਜੇ ਤੁਸੀਂ ਕਿਸੇ ਬੰਦੇ ਨੂੰ ਰੋਕ ਰਹੇ ਹੋ ਉਹਦਾ ਮਤਲਬ ਤੁਸੀਂ ਚੋਰ ਹੋ ਕਿਸੇ ਨਾ ਕਿਸੇ ਪਾਸ। ਜੇ ਇਹ ਸੱਚੇ ਹੁੰਦੇ ਸਾਨੂੰ ਅੱਗੇ ਜਾਣ ਦਿੰਦੇ ਜੀ, ਅੱਗੇ ਕਿਉਂ ਨਹੀਂ ਜਾਣ ਦਿੰਦੇ? ਕਿਉਂਕਿ ਇਹ ਚੋਰ ਨੇ ਸਰ ਕਿਸੇ ਨਾ ਕਿਸੇ ਤਰੀਕੇ। ਬਿਲਕੁਲ ਠੀਕ ਹੈ। ਸੋ ਪ੍ਰੋਟੈਸਟ ਲਗਾਤਾਰ ਜਾਰੀ ਹੈ, ਥੋੜ੍ਹੀ ਥੋੜ੍ਹੀ ਦੇਰ ਬਾਅਦ ਜਿਹੜਾ ਹੈਗਾ ਜੈਕਾਰੇ ਵੀ ਗੂੰਜਦੇ ਨੇ, ਬੋਲੇ ਸੋਨਿਆ ਹਾਲ ਦੇ। ਦੂਜੇ ਪਾਸੇ ਹਰਿਆਣਾ ਪੁਲਿਸ ਵਾਲੇ ਉਹਨਾਂ ਨੂੰ ਸੁਣਦੇ ਵੀ ਨੇ, ਮਾਹੌਲ ਪੂਰੀ ਤਰ੍ਹਾਂ ਜੋਸ਼ ਦੇ ਵਿੱਚ ਜਿਹੜਾ ਇੱਥੇ
ਸਕੈਮ ਹੋ ਰਿਹਾ ਲਗਾਤਾਰ ਗੱਲ ਕਰੀਏ ਪੂਰੀ ਤਰ੍ਹਾਂ ਇੱਕ ਵਾਰ ਫਿਰ ਤੁਹਾਨੂੰ ਨੇੜੇ ਜਾ ਕੇ ਦਿਖਾਵਾਂਗੇ। ਇਹ ਸਭ ਤੋਂ ਪਹਿਲੀ ਲੇਅਰ ਹੈ, ਸਭ ਤੋਂ ਪਹਿਲੀ ਜਿਹੜੀ ਇਹ ਲਾਈਨ ਹੈਗੀ ਹੈ ਸਰਕਾਰ ਦੀ ਵੱਡੀ ਵੱਡੀ ਉੱਠ ਹੋ ਕੇ ਫਿਰ ਲੋਹੇ ਦੇ ਬੈਰੀਕੇਡ ਉੱਠ ਹੋ ਕੇ ਚਲਦੀ ਹੈ ਤਾਂ ਲੋਹੇ ਦੀਆਂ ਤਾਰਾਂ ਸਿਮਟ ਦੇ ਵਿੱਚ ਕਿੰਨਾ ਕੈਮਰਾਮੈਨ ਦਿਖਾਉਂਗਾ, ਕੋਸ਼ਿਸ਼ ਕਰਾਂਗੇ ਜ਼ੂਮ ਇਨ ਕਰਕੇ ਦਿਖਾਉਣ ਦੀ ਤਾਂ ਕਿ ਅੱਗੇ ਹਲੇ ਜਾ ਨਹੀਂ ਸਕਦੇ, ਰਸਤੇ ਬੰਦ ਦਿਖ ਰਹੇ ਨੇ। ਫਿਰ ਉਸ ਤੋਂ ਅੱਗੇ ਸਿੱਲਾਂ ਅਤੇ ਉੱਥੇ ਖੜ੍ਹੇ ਨੇ ਇਹ ਹਰਿਆਣਾ ਪੁਲਿਸ ਫੋਰਸ ਅਤੇ ਉਸ ਤੋਂ ਪਿੱਛੇ ਜਿਹੜੇ ਆਪਣਾ ਵਾਟਰ ਕੈਨਨ ਵਗੈਰਾ ਹੋਰ ਸਾਰੇ ਰੋਇਟ ਕੰਟਰੋਲ ਵਹੀਕਲ ਵੀ ਜਿਹੜੇ ਇੱਥੇ ਲਗਾਤਾਰ ਡੱਟ ਰਹੇ ਹੈਗੇ ਨੇ। ਕਿਤੇ ਨਾ ਕਿਤੇ ਨੌਜਵਾਨਾਂ ਨਾਲ ਜੋ ਅਸੀਂ ਗੱਲਬਾਤ ਕਰਕੇ ਸੁਣਾ ਰਹੇ ਹਾਂ ਉਹਨਾਂ ਦੇ ਬੋਲ ਵੀ ਤੁਸੀਂ ਸੁਣ ਰਹੇ ਹੋ, ਕਹਿੰਦੇ ਹੋ ਕਿ ਸਾਨੂੰ ਹੋਰ ਜ਼ਿਆਦਾ ਕਾਇਮ ਕਰਨ ਵਾਲੀ ਗੱਲ ਹੈਗੀ ਹੈ ਕਿ ਸਾਨੂੰ ਹੋਰ ਤਗੜੇ ਕਰ ਰਹੇ ਹੋ। ਕੀ ਕਹਿੰਦੇ ਬਾਬਾ ਜੀ, ਇਹ ਸਰਕਾਰਾਂ ਡਰਾ ਰਹੀਆਂ ਨੇ ਕਿ ਹੋਰ ਤਗੜੇ ਕਰ ਰਹੀਆਂ ਨੇ ਸਾਨੂੰ? ਡਰਾਉਣਾ ਕੀ, ਡਰਦੇ ਵੀ ਨਹੀਂ ਤੇ ਕੁਛ ਵੀ ਨਹੀਂ, ਡਰਨੀ ਡੇ ਨੇ ਡਰ ਵਾਲੇ ਕੰਮ ਹੈ। ਇਹ ਕੋਈ ਪਾਕਿਸਤਾਨ ਦਾ ਹਮਲਾ ਥੋੜ੍ਹਾ ਇੱਥੇ ਹੁੰਦੇ ਹੈ। ਬਿਲਕੁਲ ਠੀਕ ਹੈ, ਇਹਦੇ ਆਪਣੀ ਜਨਤਾ ਜਿਹਨਾਂ ਨੇ ਤੁਹਾਨੂੰ ਰਾਜ ਤਖਤ ਤੇ ਬਿਠਾਇਆ ਹੈ ਤੇ ਉਹਨਾਂ ਨੇ ਤੰਗ ਕਰਨ ਦੇ, ਤੰਗ ਕਰਨ ਵਾਲੀ ਗੱਲ ਹੈ। ਹੁਣ ਕੱਲ੍ਹ ਇੱਥੇ ਬੀਬੀਆਂ ਵਿਚਾਰੀ ਕਿੰਨੀਆਂ ਤੰਗ ਹੋਈਆਂ ਨੇ, ਪਾਣੀ ਦੇ ਵਿੱਚੋਂ ਲੰਘੇ ਲੋਕ, ਗਰੀਬ ਬੱਚਿਆਂ ਦਾ ਬੁਰਾ ਹਾਲ, ਬਾਂਕੇ ਦਿਹਾੜੇ। ਇਹ ਸਰਕਾਰਾਂ ਵਾਂ ਤੇ ਮਾੜਾ ਹੈ, ਬਹਿ ਕੇ ਹੱਲ ਹੋ ਜਾਣੀ। ਜਦ ਉਹਨੇ ਜਿਹੜੇ ਉਹਨੇ ਬਿਆਨ ਕੀਤੇ ਹੁੰਦੇ ਉਹ ਵੀ ਉਹਨਾਂ ਨੂੰ ਕਹਿ ਵੀ ਚੁੱਕਾ, ਦੋ ਸਾਲ ਕਹਿ ਚੁੱਕਾ ਹੈ, ਮੁੱਕਰ ਦੀ ਕੀ ਲੋੜ? ਜੇ ਪ੍ਰਧਾਨ ਮੰਤਰੀ ਦੇਸ਼ ਦਾ ਬੇਈਮਾਨ ਹੋ ਗਿਆ, ਦੂਜੇ ਤੀਜੇ ਦਾ ਕੀ ਹਾਲ ਹੋਵੇਗਾ? ਜੇ ਦੇਸ਼ ਦਾ ਰਾਜਾ ਮੰਤਰੀ ਕਾਨੂੰਨ ਹੱਥ 'ਚ ਲੈਣਾ ਪਊਗਾ ਜਨਤਾ ਨੂੰ, ਉਹ ਤਾਂ ਫਿਰ ਹੋ ਹੀ ਰਿਹਾ, ਤੁਹਾਨੂੰ ਦੇਖ ਹੀ ਰਹੇ ਹੋ। ਕੀ ਕਹਿ ਰਹੀ ਜਨਤਾ, ਅੱਗੇ ਨੂੰ ਕੀ ਹੋਣਾ, ਕਹਿ ਕੇ ਬੰਦੇ ਨੂੰ ਕੀ ਕਰਨਾ ਪੈਂਦਾ? ਅੱਗੇ ਨੂੰ ਤਾਂ ਫਿਰ ਸਾਹਮਣਾ ਕਰਨਾ ਹੀ ਪਏਗਾ, ਮਰਮਰਾਈ ਫਿਰ ਹੋਏਗੀ, ਕਰਾਂਗੇ ਆਪਣਾ ਹੁਣੇ ਹੁਣੇ। ਖੇਤੀਬਾੜੀ ਮੰਤਰੀ ਆ ਚੰਡੀਗੜ੍ਹ ਆ ਰਿਹਾ ਮੀਟਿੰਗ ਕਰਨ ਕਿਸਾਨਾਂ ਨਾਲ। ਚਲੋ ਦੇਖੋ ਜੀ, ਚੰਗਾ ਹੀ ਆਪਸ ਹੀ ਨਿਬੜ ਜੇ, ਚੰਗੀ ਗੱਲ ਹੈ, ਨਿਬੜਨਾ ਚਾਹੀਦਾ ਮਸਲਾ ਤਾਂ ਹੱਲ ਤੇ ਪਿਆਰ ਨਾਲ ਹੀ ਵਧੀਆ, ਤੇ ਜੇ ਨਾ ਪਿਆਰ ਨਾਲ ਨਿਬੜਿਆ ਤਾਂ ਫਿਰ ਤੈਨੂੰ ਪਤਾ ਦੂਜਾ ਮਸਲਾ ਚੱਲ ਹੀ ਰਿਹਾ, ਉਹ ਚੱਲਦਾ ਹੀ ਪਿਆ, 2 ਸਾਲ ਪਹਿਲਾਂ ਹੋਇਆ ਹੈ। ਬਿਲਕੁਲ ਠੀਕ ਹੈ। ਸੋ ਕੀ ਲੱਗਦਾ ਸਰਕਾਰਾਂ ਚਾਹੁੰਦੀਆਂ? ਸਰਕਾਰਾਂ ਇਹ ਜਿਹੜੀ ਸਰਕਾਰ ਚੰਗੀ ਹੋਵੇ ਤੇ ਰਾਜਾ ਹੁੰਦਾ ਪ੍ਰਜਾ ਦੇ ਸਿਰ ਤੇ ਰਾਜ ਕਰਨ ਵਾਸਤੇ, ਤੇ ਜੇ ਰਾਜਾ ਹੀ ਜਨਤਾ ਨੂੰ ਮਾਰਨਾ ਸ਼ੁਰੂ ਕਰਦਾ ਰਾਜ ਕਿੱਥੇ ਕਰੇਗਾ? ਅਸਾਂ ਮਰ ਵੀ ਜਾਂਦੇ ਹਾਂ ਤੇ ਰਾਜ ਕਿੱਥੇ ਕਰੇਗਾ? ਕੋਈ ਵੀ ਸਰਕਾਰ ਹੈ ਪਬਲਿਕ ਤੇ ਪ੍ਰਜਾ ਤੇ ਰਾਜ ਕਰਨਾ। ਬਿਲਕੁਲ, ਜੇ ਸਰਕਾਰ ਹੀ ਪ੍ਰਜਾ ਨੂੰ ਮਾਰਨਾ ਸ਼ੁਰੂ ਕਰਤਾ ਤੇ ਰਾਜ ਕੀ ਕਰਨਗੇ? ਇਹਦਾ ਇਹਦਾ ਰਾਜ ਕੀ ਕਰੇਗਾ? ਜਿਹਦਾ ਹੱਕ ਬਣਦਾ ਉਹਨੂੰ ਦੇਣਾ, ਉਹ ਤਾਂ ਕਹਿੰਦੇ ਤੁਹਾਨੂੰ ਲੰਘਣ ਨਹੀਂ ਦੇਣਾ, ਇੱਥੋਂ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ, ਗੱਲ ਨਹੀਂ ਲੰਘਣ ਨਹੀਂ ਦੇਣਾ, ਲੰਘਣ ਨੂੰ ਤਿਆਰ ਬੈਠੇ ਹਾਂ, ਕੋਈ ਗੱਲ ਨੂੰ ਸਾਰਾ ਕੁਝ ਹੋਵੇਗਾ। ਬਿਲਕੁਲ ਠੀਕ ਹੈ। ਸੋ ਤਿਆਰੀ ਫਿਰ ਕਿੱਦਾਂ ਦੀ ਹੈ ਬਾਬਾ ਜੀ, ਤਿਆਰੀ ਕਿੱਦਾਂ ਦੀ? ਤਿਆਰੀ ਫੁੱਲ ਹੈ, ਫੁੱਲ ਹੈ ਜੀ, ਸਾਰਾ ਕੁਝ ਡਟਿਆ ਰੱਖਿਆ, ਸਮਾਨ ਸਭ ਕੁਝ ਜਸਮ ਰੱਖਿਆ। ਜੇ ਹੁਣ ਅਸਾਂ ਜਿਵੇਂ ਖਲੋਤੇ ਨੂੰ ਖਲੋਤੇ ਆ, ਜਿਹੜੇ ਚੱਲ ਪਏ ਅਸਾਂ ਵੀ ਨਾਲ ਚੱਲ ਪੈਣੇ, ਇੰਤਜ਼ਾਰ ਕਰ ਰਹੇ ਵਕਤ ਦਾ ਇੰਤਜ਼ਾਰ ਕਰ ਰਹੇ ਹੋ? ਠੀਕ ਹੈ। ਸੋ ਉਹੀ ਗੱਲ, ਦਸਮ ਪਾਤਸ਼ਾਹ ਵੱਲੋਂ ਜਿਹੜਾ ਵਰਦਾਨ ਹੈਗਾ, ਪਹਿਲ ਆਪਾਂ ਕਰਨੀ ਨਹੀਂ ਹੈ, ਦੂਜ ਆਪਾਂ ਛੱਡਣੀ ਨਹੀਂ ਹੈ। ਕਹਿੰਦੇ ਵਕਤ ਲੰਘਾ ਰਹੇ ਹਾਂ, ਵਕਤ ਲੰਘਦਾ, ਇੰਤਜ਼ਾਰ ਸਭ ਨੂੰ ਸ਼ਾਮ ਵਾਲੀ ਬੈਠਕ ਦਾ ਹੈਗਾ, ਉਸ ਤੋਂ ਬਾਅਦ ਨਤੀਜੇ ਕੀ ਨਿਕਲਦੇ ਨੇ ਤੇ ਕੱਲ ਇਹੀ ਬੈਰੀਗੇਡਸ, ਇਹੀ ਸਿੱਲਾਂ ਦਾ ਨਜ਼ਾਰਾ ਕੀ ਹੋਏਗਾ, ਇਹ ਵੀ ਤੁਹਾਨੂੰ ਪਲ ਪਲ ਦੀ ਲਾਈਵ ਅਪਡੇਟ ਅਸੀਂ ਦੇਵਾਂਗੇ। ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ। ਹੁਣ ਦਿਓ ਬਲਦੀਪ ਪਰਵਾਹ ਨੂੰ ਇਜਾਜ਼ਤ, ਧੰਨਵਾਦ।